ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਮਸਲੇ ਦੇ ਉੱਪਰ ਸੰਗਤਾਂ ਦੇ ਨਾਲ ਵਿਚਾਰ ਸਾਂਗੇ ਕਰ ਰਿਹਾ ਕੱਲ ਸ਼ਾਮ ਨੂੰ ਮੈਨੂੰ ਇੱਕ ਬਹੁਤ ਆਲਾ ਤਰੀਨ ਬੰਦੇ ਦਾ ਟੈਲੀਫੋਨ ਵੀ ਆਇਆ ਨਾਲ ਉਸਨੇ ਕੁਝ ਸੈਲਫੀਆਂ ਭੇਜੀਆਂ ਬੇ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਸਰੋਵਰ ਦੇ ਲਾਗੇ ਕਿ ਉਹ ਜੇ ਹਾਲਾਤ ਇਸੋਕੋ ਚੱਲ ਰਹੇ ਨੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਜਿਹੜੇ ਸਾਡੇ ਗੁਰਦੁਆਰੇ ਆ ਕਿ ਇਹ ਭਗਤੀ ਦਾ ਸੋਮੇ ਆ ਕਿ ਇੱਥੋਂ ਅਸੀਂ ਲਾ ਲੈ ਕੇ ਜਾਣਾ ਕੁਝ ਸਿੱਖ ਕੇ ਜਾਣਾ ਹੈ ਪਰ ਅਫਸੋਸ ਦੀ ਗੱਲ ਹੈ ਵੀ ਇਹ ਜਿਹੜੀ ਪ੍ਰਬੰਧਕ ਕਮੇਟੀ ਆਈ ਹੈ ਗੈਰ ਕਾਨੂੰਨੀ ਤੌਰ ਤੇ ਇਹਨਾਂ ਨੇ ਸਾਰੀਆਂ ਚੀਜ਼ਾਂ ਦਾ ਨਾਮ ਮਲਿਆ ਮੀਟ ਕਰਕੇ ਰੱਖ ਦਿੱਤਾ ਹੈ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਪਾਕਿਸਤਾਨ ਦੇ ਗੁਰਦੁਆਰਿਆਂ ਨੂੰ ਦੇ ਵਿੱਚ ਆਓ ਹਰ ਗੁਰਦੁਆਰੇ ਤੇ ਬੜੇ ਵੱਡੇ ਵੱਡੇ ਬੋਰਡ ਲੱਗੇ ਹੋਣਗੇ ਬਈ ਟਿਕਟੌਕ ਤੇ ਸੈਲਫੀ ਲੈਣ ਦੀ ਸਖਤ ਮਨਾਹੀ ਹੈਗੀ ਇਹ ਪਿਕਨਿਕ ਸਪੌਟ ਨਹੀਂ ਹੈਗੇ ਗੁਰਦੁਆਰੇ ਸਾਡੇ ਨਾ ਦਰਬਾਰ ਸਾਹਿਬ ਨਾ ਬੰਗਲਾ ਸਾਹਿਬ ਨਾ ਸੀਸਕਾ ਸਾਹਿਬ ਇਹ ਪਿਕਨਿਕ ਸਪੌਟ ਨਹੀਂ ਹੈਗੇ ਇਹ ਭਗਤੀ ਦੇ ਸਥਾਨ ਇੱਥੋਂ ਅਸੀਂ ਆਪਣੀ ਆਤਮਿਕ ਸ਼ਾਂਤੀ ਲੈਣ ਜਾਂਦੇ ਆਂ ਜੇ ਉੱਥੇ ਸ਼ਾਂਤੀ ਨਹੀਂ ਹੈਗੀ ਕੁੜੀਆਂ ਮੁੰਡੇ ਹੱਸਾ ਠੱਠੇ ਕਰਦੇ ਪੈਨ ਉਹਦਾ ਸਤਕਾਰ ਨਾ ਬਾਣੀ ਦਾ ਹੋ ਰਿਹਾ ਹੈ ਨਾ ਗੁਰਦੁਆਰੇ ਦਾ ਹੋ ਰਿਹਾ ਹੈ ਇਹ ਕੀ ਕੀ ਬਣ ਰਿਹਾ ਸਾਡੇ ਨਾਲ ਸਾਡੇ ਧਰਮ ਸਥਾਨਾਂ ਨੂੰ ਇਹ ਕੀ ਕਰਨਾ ਚਾਹੁੰਦੇ ਨੇ ਕੋਈ ਸਰੋਵਰ ਦੇ ਕੰਡੇ ਤੇ ਕੋਈ ਸੇਵਾਦਾਰ ਹੀ ਨਹੀਂ ਹੈਗਾ ਕੋਈ ਪ੍ਰਬੰਧ ਦਾ ਪ੍ਰਬੰਧਕਾਂ ਦਾ ਬੰਦਾ ਹੀ ਨਹੀਂ ਖੜਾ ਮਸ਼ਕਰੀਆ ਮਾਰ ਰਹੇ ਨੇ ਹੱਛਾ ਚੱਕਾਰ ਰਹੇ ਨੇ ਸੈਲਫੀਆਂ ਲੈ ਰਹੇ ਨੇ ਰਬ ਦਾ ਵਾਸਤਾ ਜੇ ਇਤਨੀ ਮਹਾਰਾਜ ਦੀ ਪ੍ਰਕੋਪੀ ਨਾ ਲਵੋ ਆਇਓ ਕਮ ਸੇ ਕਮ ਉਸ ਬੰਦੇ ਨੇ ਸਪਸ਼ਟ ਤੌਰ ਤੇ ਕਿਹਾ ਕਹਿੰਦਾ ਜੀ ਨਾ ਤਾਂ ਕੋਈ ਬਾਹਰ ਖਲੋਣ ਦਾ ਮਾਹੌਲ ਸੀ ਨਾ ਹੀ ਗੁਰਦੁਆਰੇ ਦੇ ਅੰਦਰ ਮਾਹੌਲ ਸੀ ਕੋਈ ਪਤਾ ਨਹੀਂ ਕਿ ਕਿਹੜੇ ਕਿਹੜੇ ਰਾਗੀ ਕਿੱਥੋਂ ਕਿੱਥੋਂ ਲਿਆ ਕੇ ਇਹਨਾਂ ਨੇ ਬਿਠਾ ਤੈਨ ਔਰ ਪ੍ਰਾਈਮ ਟਾਈਮ ਦੇ ਉੱਪਰ ਐਸੇ ਰਾਗੀਆਂ ਕੋਲ ਕੀਰਤਨ ਕਰਾਉਂਦੇ ਜਿਨ੍ਹਾਂ ਦੇ ਉਹ ਜੇ ਸੰਗਤ ਜਿਹੜੀ ਹੈ ਉਹ ਸੁਣਨ ਤੋਂ ਇਨਕਾਰੀ ਹੁੰਦੀ ਹੈ ਤੇ ਜਿਸ ਨੇ ਅੱਧਾ ਘੰਟਾ ਬੈਠਣਾ ਹੈ 10 ਮਿੰਟ ਬੈਠ ਕੇ ਆ ਜਾਂਦਾ ਹੈ ਇੱਕ ਗ੍ਰੇਡ ਬਣੇ ਹੁੰਦੇ ਰਾਗੀ ਜਾਂਦੇ ਇਸ ਵਕਤ ਇਹ ਰਾਗੀ ਕੀਰਤਨ ਕਰਨ ਗਏ ਇਸ ਵਕਤ ਸੰਗਤ ਘੱਟ ਹੁੰਦੀ ਹੈ ਤੇ ਇਹ ਰਾਗੀ ਕੀਰਤਨ ਕਰਨ ਗਏ ਤੁਸੀਂ ਸਫਾਰਸ਼ੀ ਭਰਤੀ ਕਰ ਲੈਣ ਉਨਾਂ ਨੂੰ ਟਾਈਮ ਦੂਸਰਾ ਦੇ ਦਿਓ ਤੁਸੀਂ ਲੈ ਦੇ ਕੇ ਇਸ ਭਰਤੀ ਕੀਤੈਨ ਤਾਂ ਵੀ ਟਾਈਮ ਦੂਸਰਾ ਦੇ ਦਿਓ ਜਰੂਰੀ ਤੇ ਨਹੀਂ ਨਾ ਜਿਹੜੇ ਤੁਸੀਂ ਸਪਰਸ਼ੀ ਭਰਤੀ ਕੀਤੈਨ ਜਾਂ ਪੈਸੇ ਲੈ ਕੇ ਭਰਤੀ ਕੀਤੈਨ ਤੁਸੀਂ ਉਹਨਾਂ ਰਾਗਿਆਂ ਨੂੰ ਤੁਸੀਂ ਪ੍ਰਾਈਮ ਟਾਈਮ ਤੇ ਵੀ ਦੇਓਗੇ ਜਿੱਥੇ ਸੰਗਤ ਜਿਹੜੀ ਇਹ ਕੀਰਤਨ ਸੁਣਨ ਆਉਂਦੀ ਹੈ ਸ਼ਾਮ ਨੂੰ ਇਸ ਕਰਕੇ ਇਸ ਮਾੜੇ ਪ੍ਰਬੰਧ ਦੀ ਸਖਤ ਨਖੇਦੀ ਕਰਦਾ ਔਰ ਨਾਲ ਹੀ ਮੈਂ ਇਹਨਾਂ ਨੂੰ ਤਾੜਨਾ ਕਰਨੀ ਚਾਹੁੰਦਾ ਵੀ ਇਹ ਪ੍ਰਬੰਧ ਬਿਲਕੁਲ ਚੁਸਤ ਔਰ ਦਰਸਤ ਹੋਣਾ ਚਾਹੀਦਾ ਹੈ ਗੁਰਦੁਆਰਾ ਗੁਰਦੁਆਰਾ ਲਗਣਾ ਚਾਹੀਦਾ ਹੈ ਗੁਰਦੁਆਰਾ ਪਿਕਨਿਕ ਸਪਾਟ ਬਿਲਕੁਲ ਨਹੀਂ ਲਗਣਾ ਚਾਹੀਦਾ ਉੱਥੇ ਜਾਂਦਿਆਂ ਅਨਸਾਰ ਆਤਮਿਕ ਸ਼ਾਂਤੀ ਬੰਦੇ ਨੂੰ ਮਿਲਣੀ ਚਾਹੀਦੀ ਹੈਗੇ ਆ ਮੈਂ ਇੱਕ ਜਗ੍ਹਾ ਤੇ ਆਇਆ ਮੈਂ ਇਹ ਸ਼ਬਦਾਂ ਨਾਲ ਮੈਨੂੰ ਮੈਂ ਆਸ ਕਰਦਾ ਸੱਚਾ ਬਾਸ਼ਾ ਇਹਨਾਂ ਨੂੰ ਸਮਤ ਦੇ ਬੁੱਧੀ ਦੇ ਇਹਨਾਂ ਸ਼ਬਦਾਂ ਨਾਲ ਖੇਵਾਂ ਦਾ ਜਾਚਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ